ਇਲਾਜ ਦੀ ਲੋੜ ਨਹੀਂ ਹੈ ਪੰਜਾਬ ਨੂੰ ਸਰਜਰੀ ਦੀ ਲੋੜ ਹੈ ਗਿਆ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਨਾ ਲੋਕਾਂ ਦੇ ਖਿਲਾਫ ਜੇ ਤਾਂ ਕਸੂਰ ਹੈਗਾ ਆ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਸਰਜਰੀ ਤੋਂ ਪਾਉ ਤੋੜਾ ਇਹ ਵੀ ਜੇ ਕੱਲ ਨੂੰ ਲਾਠੀ ਚਾਰਜ ਧੰਨੇ ਲੱਗੇ ਹੋਏ ਕਿਸਾਨਾਂ ਤੇ ਹੁੰਦਾ ਤਾਂ ਜਾਂ ਰੋਡ ਬਲੌਕ ਕਰਨ ਵਾਲੇ ਕਿਸਾਨਾਂ ਤੇ ਹੁੰਦਾ ਆਗੂਆਂ ਤੇ ਹੁੰਦਾ ਤੁਹਾਨੂੰ ਲੱਗੇਗਾ ਤਾਂ ਸਥਿਤੀ ਵਿਗੜ ਜੂਗੀ ਨਹੀਂ ਜੀ ਵਿਗੜਦੀ ਹੈ ਤਾਂ ਵਿਗੜ ਜਾਵੇ ਫਿਰ ਕੀ ਹੋ ਜਾਏਗਾ ਹੈ ਕੋਈ ਸਿਸਟਮ ਹੈ ਮੈਂ ਤਾਂ ਪ੍ਰਸ਼ਾਸਨ ਦਾ ਹਿੱਸਾ ਰਿਹਾ ਮੈਂ ਤਾਂ ਕਹਿੰਦਾ ਜੀ ਸਰਕਾਰ ਗਰਮੀ ਤੋਂ ਬਗੈਰ ਚੱਲਦੀ ਹੀ ਨਹੀਂ ਹੈ ਅਤੇ ਇਹਨਾਂ ਦੀ ਕਦੇ ਮੰਨਤਾ ਕਰਾਂਗੇ ਆਪਾਂ ਮੰਨਤਾ ਕਰਕੇ ਤਾਂ ਕਦੇ ਵੀ ਨਹੀਂ ਆਪਣਾ ਇਹ ਇਹ ਢਾਈ ਟੋਟਰੂ ਜਿਹੜੇ ਹੈਗੇ ਆ ਇਹ ਤਾਂ ਆਪਣਾ ਲੋਕਾਂ ਨੂੰ ਬਲੈਕਮੇਅਰ ਕਰ ਰਹੇ ਸਰਕਾਰ ਨੂੰ ਬਲੈਕਮੇਲ ਕਰ ਰਹੇ ਆ ਸਰਕਾਰ ਦੇ ਵਿੱਚ ਤਾਕਤ ਹੀ ਨਹੀਂ ਹੈਗਾ 92 ਐਮ ਐਲ ਏ ਆ ਇਸ ਤੋਂ ਵੱਡੀ ਮਾਜੋਰਿਟੀ ਹੋਰ ਕੀ ਲੋਕਾਂ ਨੇ ਫਤਵਾ ਦੇਣਾ ਤੇ ਜੇ ਸ਼ੈਲਰ ਵਾਲੇ ਮਨਾ ਕਰਦੇ ਆ ਕਿ ਅਸੀਂ ਨਹੀਂ ਲੱਗਣ ਦੇਣਾ ਝੋਨਾ ਹਦ ਹੋ ਗਈ ਤੇ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦੋ ਪੰਜਾਬ ਦੇ ਵਿੱਚ ਅਗਰ ਆਪਣਾ ਲੋਕਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦਾ ਨੁਕਸਾਨ ਹੁੰਦਾ ਅਸੀਂ ਵਰੀ ਡੇ ਗਿਆ ਛੋਟੇ ਕਿਸਾਨ ਦੇ ਵਾਸਤੇ ਜਿਹੜਾ ਕਿ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਤਾਂ ਸਿਰਫ ਚੌਧਰ ਦੇ ਪੈਸੇ ਦੇ ਭੁੱਖੇ ਆ ਇਹਨਾਂ ਦੀ ਜਾਇਦਾਦਾਂ ਦੀ ਤੁਸੀਂ ਪੜਤਾਲ ਕਰਾਓ ਇਹ ਆਪਣਾ 2-2 ਏਕੜ ਤੋਂ 50-50 100-100 ਏਕੜ ਤੱਕ ਪਹੁੰਚ ਗਏ ਆ ਬਿਨਾਂ ਕੰਮ ਕੀਤੇ ਕਿੱਥੋਂ ਆ ਗਈ ਜਾਇਦਾਦ ਇਸ ਕਰਕੇ ਇਹਨਾਂ ਨੂੰ ਫੰਡਿੰਗ ਬਾਹਰੋਂ ਵੀ ਹੋ ਰਹੀ ਆ ਇੱਥੇ ਵੀ ਗਲਾ ਘੁੱਟ ਕੇ ਕੂਠਾ ਰੱਖ ਕੇ ਕਲੇ ਦੇ ਉੱਤੇ ਉਗਰਾਹੀ ਕਰਦੇ ਆ ਗਿਆ ਕੋਈ 57 ਜਥੇ ਕਹਿੰਦਾ 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 ਹੈਗਾ ਬੰਨੀਆਂ ਹੋਈਆਂ ਕਿਸਾਨਾਂ ਦੀਆਂ ਕੋਈ 57 ਜਥੇ ਬੰਨੀਆਂ ਕਹਿੰਦਾ ਹੈਗਾ ਕੋਈ ਕਹਿੰਦਾ ਜੀ 4 ਦਿਨ ਦਾ ਟਾਈਮ ਦਿਨੇ ਸਰਕਾਰ ਨੂੰ ਕੋਈ ਕਹਿੰਦਾ ਅਸੀਂ ਤਾਂ ਟਾਈਮ ਹੀ ਨਹੀਂ ਦਿੱਤਾ ਅਸੀਂ ਤਾਂ ਧਰਨਾ ਲਾ ਰਹੇ ਆ ਅੱਜ ਲਿਫਟਿੰਗ ਨਹੀਂ ਹੋ ਰਹੀ ਮੰਡੀਆਂ ਦੇ ਵਿੱਚ ਕਿਸਾਨ ਰੁੱਲ ਰਿਹਾ ਜਾਂ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਹੋਏ ਆ ਤਾਂ ਇਹ ਸਿੱਧੀ ਸਿੱਧੀ ਨਲਾਇਕੀ ਪੰਜਾਬ ਸਰਕਾਰ ਦੀ ਹੈ ਭਾਰ ਸਰਕਾਰ ਦਾ ਜਿਹੜਾ ਰੋਲ ਹੈ ਉਹ ਹੈਗਾ ਆ ਪੈਸਾ ਦੇਣਾ ਤਾਂ ਕਿ ਪ੍ਰਕੂਰਮੈਂਟ ਦੀ ਪੇਮੈਂਟ ਹੋ ਜਾਵੇ ਜਿਹਦੇ ਵਿੱਚ ਕੋਈ ਕਿਸੇ ਨਾਲ ਗਿੱਲਾ ਨਹੀਂ ਹੈਗਾ ਕੋਈ ਸ਼ਿਕਵਾ ਨਹੀਂ ਹੈਗਾ 43000 ਕਰੋੜ ਦੇ ਕਰੀਬ ਹਰ ਸਰਕਾਰ ਨੇ ਪੈਸਾ ਆਲਰੇਡੀ ਐਡਵਾਂਸ ਭੇਜ ਦਿੱਤਾ ਹੈਗਾ ਕਿ ਪ੍ਰਕੂਰਮੈਂਟ ਕਰ ਲੋ ਇਹ ਕਿਸਾਨ ਨੇ ਆਪਣਾ ਮੰਡੀਆਂ ਚ ਰੁੱਲ ਰਹੇ ਹੈਗੇ ਆ ਲਿਫਟਿੰਗ ਨਹੀਂ ਹੋ ਰਹੀ ਹੈਗੀ ਲੇਕਿਨ ਇਹਦਾ ਜਿਹੜਾ ਹੱਲ ਹੈ ਭਾਰ ਸਰਕਾਰ ਦੇ ਲਈ ਜ਼ਿੰਮੇਵਾਰ ਬਿਲਕੁਲ ਵੀ ਨਹੀਂ ਹੈਗੀ ਪਿਛਲੀ ਵਾਰੀ ਵਾਲਾ ਮਿਲਿੰਗ ਹੋਇਆ ਅਨਾਜ ਜਦੋਂ ਲੱਗਿਆ ਨਹੀਂ ਹੈਗਾ ਅੱਗੇ ਚੱਕਿਆ ਨਹੀਂ ਗਿਆ ਤਾਂ ਉਹਦਾ ਸਾਡਾ ਵੱਡਾ ਡੈਫਿਸਿਟ ਇਸ ਚੀਜ਼ ਦਾ ਆਇਆ ਕਿ ਉਹਦੀ ਭਾਰ ਘਟ ਗਿਆ ਕਿਉਂਕਿ ਨਵੀਂ ਘਟੀ ਜਾਣੀ ਹੈ ਉਹ ਗ੍ਰਾਹਕ ਵਰਗਾ ਲੀਡਰ ਹੋਵੇ ਭਾਵੇਂ ਕੋਈ ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਇਹਨਾਂ ਦੀਆਂ ਗੱਲਾਂ ਦਾ ਭਾਰ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਤਾਂ ਮਾਲ ਜਿਹੜਾ ਮਿਲਡ ਹੈਗਾ ਆ ਇਹ ਤੇ ਭਾਰ ਸਰਕਾਰ ਦਾ ਹੈ ਉਹ ਕਿਉਂ ਨਹੀਂ ਚੱਕੇਗੀ ਸਮਝ ਤੋਂ ਬਾਹਰ ਹੈ ਗਿਆ ਨਾ ਇਹਦੇ ਤੇ اختیار ਹੈਗਾ ਕਿਸਾਨ ਆਗੂ ਨੂੰ ਕਿਸੇ ਨੂੰ ਬੋਲਣ ਦਾ ਨਾ ਸ਼ੈਲਣਾ ਵਾਲੇ ਨੂੰ ਬੋਲਣ ਦਾ ਸਸਕਾਲਾ ਸੂਬੇ ਪਰਚੇ ਦੀ ਦੇਖੀਏ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਕਈ ਦਿਨ ਹੋ ਗਏ ਇਸ ਪੂਰੇ ਪ੍ਰਕਰਨ ਨੂੰ ਚੱਲਦੇ ਤੇ ਨਾਲ ਹੀ ਹੁਣ ਕਹੀਏ ਕਿ ਹੁਣ ਨੈਸ਼ਨਲ ਹਾਈਵੇ ਤੱਕ ਜਮ ਹੋਣੇ ਸ਼ੁਰੂ ਹੋ ਗਏ ਨੇ ਕੱਲ ਦਾ ਦੇਖੀਏ ਤਾਂ ਫਗਵਾੜੇ ਜਿਵੇਂ ਨੈਸ਼ਨਲ ਹਾਈਵੇ ਜਮ ਕਰਿਆ ਤਾਂ ਹੁਣ ਅੱਗੇ ਹੋ ਸਕਦਾ ਕਿਉਂਕਿ ਦੂਸਰੀ ਜਥੇਬੰਦੀ ਦਾ ਵੀ ਜਿਹੜਾ ਇੱਕ ਟਾਈਮ ਪੀਰੀਅਡ ਸੀ ਜਿਆਖ ਲਓ ਕਿ ਕਲਟੀਮੇਟ ਅੱਜ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਦੇ ਵਿੱਚ ਜੇ ਦੇਖੀਏ ਤਾਂ ਇੱਕ ਮਾਹੌਲ ਦੇ ਇਸ ਦੇ ਵਿੱਚ ਇੱਕ ਪਾਸੇ ਕਿਸਾਨ ਪਰੇਸ਼ਾਨ ਹੈ ਦੂਜੇ ਪਾਸੇ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜਦੋਂ ਸੜਕਿਆ ਰਸਤਾ ਬੰ ਏ ਵੀ ਸ਼ਾਦ ਹੋ ਰਿਹਾ ਹੈ ਕਿ ਜਿਹੜੇ ਆਖਰ ਆਸੇ ਪਾਸੇ ਆਮ ਤੌਰ ਤੇ ਹੁੰਦਾ ਹੈ ਵੀ ਇੱਕ ਮੇਨ ਰੋਡ ਬੰਦ ਕਰ ਲਿਆ ਆਸੇ ਪਾਸੇ ਦੇ ਰਾਹ ਨੇ ਉਹ ਵੀ ਹੋਣਾ ਬਹੁਤੇ ਖੁੱਲੇ ਨਹੀਂ ਹੈਗੇ ਉਹ ਬੰਦ ਹੋ ਰਹੇ ਨੇ ਐਸਾ ਲੱਧਰ ਨੇ ਭਾਜਪਾ ਦੇ ਆਗੂ ਸਾਡੇ ਨਾਲ ਲੱਧਰ ਸਾਹਿਬ ਦੇਖੀਏ ਕਰ ਲੋ ਗਰਾਹਾਂ ਹੋਰਾਂ ਨੇ ਇਹ ਗੱਲ ਕਹੀ ਕਿ ਬੀਜੇਪੀ ਕਾਰਪੋਰੇਟਰਾਂ ਦੀ ਐਂਟਰੀ ਕਰਾਉਣ ਵਾਸਤੇ ਸੂਬਾ ਸਰਕਾਰ ਦੇ ਨਾਲ ਮਿਲ ਕੇ ਖੇਡ ਖੇਡ ਰਹੀ ਹੈ ਤੇ ਉਹਨਾਂ ਨੇ ਤਾਂ ਇੱਥੇ ਕਰ ਕਿਹਾ ਵੀ ਸੂਬਾ ਸਰਕਾਰ ਨੂੰ ਤਾਂ ਇੱਕ ਕਟਪੁਤਲੀ ਵਾਂਗ ਹੋ ਡੀਲ ਕਰਦੇ ਨੇ ਪਰ ਗੱਲ ਇਹ ਹੈ ਕਹਿੰਦੇ ਬੀਜੇਪੀ ਦਾ ਸਾਰਾ ਇਹ ਛੜਯੰਤਰ ਹੈ ਜਿਹਦੇ ਕਰਕੇ ਅੱਜ ਸਮੱਸਿਆ ਆ ਰਹੀ ਹੈ ਸੂਬਾ ਸਰਕਾਰ ਨੂੰ ਇੱਕ ਬਦਨਾਮ ਕਰ ਰਹੇ ਨੇ ਸੁਮੇਤ ਜੀ ਦੇਖੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਇਹ ਗੱਲ ਦੱਸਣੀ ਚਾਹਨਾ ਹੈਗਾ ਕਿ ਨਾਤਾ ਉਗਰਾਹਾਂ ਜੀ ਤੇ ਨਾ ਹੀ ਕੋਈ ਹੋਰ ਕਿਸਾਨ ਆਗੂ ਅਸਲੀਅਤ ਨੂੰ ਸਮਝ ਨਹੀਂ ਰਹੇ ਜਿਹੜਾ ਆਪਣਾ ਮਸਲਾ ਹੈਗਾ ਆ ਉਹ ਹੈਗਾ ਆ ਪੰਜਾਬ ਸਰਕਾਰ ਦੀ ਇਨਕੰਪੀਟੈਂਟ ਐਡਮਿਨਿਸਟ੍ਰੇਸ਼ਨ ਆਪਣਾ ਦੇਖੋ ਪੰਜਾਬ ਭਾਰਤ ਸਰਕਾਰ ਦਾ ਜਿਹੜਾ ਰੋਲ ਹੈ ਉਹ ਹੈਗਾ ਆ ਪੈਸਾ ਦੇਣਾ ਤਾਂ ਕਿ ਪ੍ਰਕੂਰਮੈਂਟ ਦੀ ਪੇਮੈਂਟ ਹੋ ਜਾਵੇ ਜਿਹਦੇ ਵਿੱਚ ਕੋਈ ਕਿਸੇ ਨੇ ਗਿੱਲਾ ਨਹੀਂ ਹੈਗਾ ਕੋਈ ਸ਼ਿਕਵਾ ਨਹੀਂ ਹੈਗਾ 43000 ਕਰੋੜ ਦੇ ਕਰੀਬ ਭਾਰ ਸਰਕਾਰ ਨੇ ਪੈਸਾ ਆਲਰੇਡੀ ਐਡਵਾਂਸ ਭੇਜ ਦਿੱਤਾ ਹੈਗਾ ਕਿ ਪ੍ਰੋਕੂਰਮੈਂਟ ਕਰ ਲੋ ਹੁਣ ਇਸ ਤੋਂ ਬਾਅਦ ਜਿਹੜਾ ਪ੍ਰੋਕੂਰਮੈਂਟ ਹੈ ਦੇਖੋ ਮੈਂ ਲੰਬਾ ਸਮਾਂ ਜ਼ਿਲ੍ਹੇ ਦੇ ਵਿੱਚ ਡੀਸੀ ਵੀ ਰਿਆਂ ਕਮਿਸ਼ਨਰ ਵੀ ਰਿਆਂ ਮੈਂ ਤਾਂ ਕਦੇ ਕਿਸੇ ਤਰ੍ਹਾਂ ਦੀ ਇਦਾਂ ਦੀ ਸਮੱਸਿਆ ਆਣ ਨਹੀਂ ਸੀ ਦਿੱਤੀ ਬਤੌਰ ਡੀਸੀ ਬਤੌਰ ਕਮਿਸ਼ਨਰ ਤਾਂ ਇਹ ਅੱਜ ਸਮੱਸਿਆ ਦਾ ਆਉਣਾ ਮੈਂ ਸਮਝਦਾ ਹੈਗਾ ਕਿ ਜਿਹੜੇ ਫੂਡ ਸਪਲਾਈ ਮਿਨਿਸਟਰ ਹੈਗੇ ਆ ਤੇ ਸਾਡੇ ਮੁੱਖ ਮੰਤਰੀ ਜੀ ਆ ਇਹਨਾਂ ਨੂੰ ਤਾਂ ਸਮਝ ਹੀ ਨਹੀਂ ਹੈਗੀ ਕਿ ਆਪਣਾ ਇਹ ਕਿਸਾਨਾਂ ਦੀ ਸਮੱਸਿਆ ਕੀ ਹੈਗੀ ਆ ਕਿਸਾਨਾਂ ਦੀ ਸਮੱਸਿਆ ਹੈਗੀ ਆ ਇਹ ਕਿਸਾਨ ਆਪਣੇ ਮੰਡੀਆਂ ਚ ਰੁੱਲ ਰਹੇ ਹੈਗੇ ਆ ਲਿਫਟਿੰਗ ਨਹੀਂ ਹੋ ਰਹੀ ਹੈਗੀ ਲੇਕਿਨ ਇਹਦਾ ਜਿਹੜਾ ਹੱਲ ਹੈ ਭਾਰ ਸਰਕਾਰੀ ਦੇ ਲਈ ਜ਼ਿੰਮੇਵਾਰ ਬਿਲਕੁਲ ਵੀ ਨਹੀਂ ਹੈਗੀ ਸ਼ਰਮਾਲ ਕਹਿੰਦੇ ਜਿਹੜਾ ਪਿਛਲੀ ਵਾਰੀ ਵਾਲਾ ਮਿਲਿੰਗ ਹੋਇਆ ਅਨਾਜ ਜਦੋਂ ਲੱਗਿਆ ਨਹੀਂ ਹੈਗਾ ਅੱਗੇ ਚੱਕਿਆ ਨਹੀਂ ਗਿਆ ਹਾਂ ਤਾਂ ਉਹਦਾ ਸਾਡਾ ਵੱਡਾ ਡੈਫਿਸਿਟ ਇਸ ਚੀਜ਼ ਦਾ ਆਇਆ ਕਿ ਉਹਦੀ ਭਾਰ ਘਟ ਗਿਆ ਕਿਉਂਕਿ ਨਮੀ ਘਟੀ ਜਾਣੀ ਹੈ ਦੂਜੀ ਵਾਰੀ ਕਹਿੰਦੇ ਭਾਵੇਂ ਜਗਾ ਇਸ ਵਾਰ ਹੈਗੀ ਆ ਪਰ ਅੱਗੇ ਦੀ ਛੋਟੀ ਫਿਰ ਹੈ ਨਹੀਂਗੀ ਤੇ ਇਹਦੇ 'ਚ ਅਸੀਂ ਕਰਾਂਗੇ ਕੀ ਜੇਕਰ ਦੁਬਾਰੇ ਫੇਰ ਇਸ ਤਰ੍ਹਾਂ ਦੇ ਹਾਲਾਤ ਪੈ ਆ ਹੋਗੇ ਇੰਨੇ ਹਜ਼ਾਰਾਂ ਕਰੋੜ ਦਾ ਕਟਾ ਚੱਲੂਗਾ ਕੌਣ ਭਾਵੇਂ ਉਗਰਾਹਾ ਵਰਗਾ ਲੀਡਰ ਹੋਵੇ ਭਾਵੇਂ ਕੋਈ ਸ਼ੈਲਰ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਇਹਨਾਂ ਦੀਆਂ ਗੱਲਾਂ ਦਾ ਭਾਰ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜੀ ਵੀ ਮਿਲਿੰਗ ਹ ਉਹ ਆਪਣਾ ਪੰਜਾਬ ਦੀਆਂ ਜਿਹੜੀਆਂ ਏਜੰਸੀਆਂ ਆ ਪੰਸਪਾ ਪੰਜਾਬ ਵੇਅਰ ਹਾਊਸਿੰਗ ਹੈ ਪੰਜਾਬ ਦੀਆਂ ਹੋਰ ਏਜੰਸੀਆਂ ਪੰਜਾਬ ਐਗਰੋ ਹੈ ਜਾਂ ਐਫਸੀਆਈ ਵੀ ਹੈ ਇਹ ਸਾਰੀ ਜਿਹੜੀ ਆਪਣੀ ਪਰਚੇਜ਼ ਹੈਗੀ ਆ ਔਨ ਬਿਹਾਫ ਆਫ ਭਾਰਤ ਸਰਕਾਰ ਕਰਦੀਆਂ ਗਵਰਨਮੈਂਟ ਆਫ ਇੰਡੀਆ ਲਈ ਕਰਦੀਆਂ ਪੇਮੈਂਟ ਭਾਰਤ ਸਰਕਾਰ ਕਰਦੀ ਹੈ ਉੱਥੇ ਦੱਸੋ ਕਿੱਥੇ ਆਪਣਾ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਹੈਗੀ ਜਿਹੜੀ ਸ਼ੈਲਿੰਗ ਹੋ ਗਈ ਹੈ ਉਹਨੂੰ ਆਪਣਾ ਅਗਰ ਉਹ ਆਪਣਾ ਉਹਨਾਂ ਨੂੰ ਟ੍ਰੇਨ ਦੇ ਵਿੱਚ ਲਿਫਟਿੰਗ ਨਹੀਂ ਹੋਈ ਤਾਂ ਉਹ ਪੰਜਾਬ ਸਰਕਾਰ ਦਾ ਮਸਲਾ ਹੈ ਪੰਜਾਬ ਸਰਕਾਰ ਨੇ ਦੱਸੋ ਕਦੇ ਇੱਕ ਵੀ ਚਿੱਠੀ ਲਿਖੀ ਹੈ ਕੋਈ ਪ੍ਰੂਫ ਅੱਜ ਤੱਕ ਨਾ ਮੀਡੀਆ ਦੇ ਵਿੱਚ ਨਾ ਪ੍ਰਿੰਟ ਮੀਡੀਆ ਵਿੱਚ ਨਾ ਟੀਵੀ ਤੇ ਪੰਜਾਬ ਸਰਕਾਰ ਨੇ ਇਹ ਕਿਹਾ ਕਿ ਜੀ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਸੀ ਸਾਨੂੰ ਟ੍ਰੇਨਾਂ ਦਿਓ ਟ੍ਰੇਨਾਂ ਨਹੀਂ ਦਿੱਤੀਆਂ ਅੱਜ ਵੀ ਮੈਂ ਆਪਣਾ ਸਟੇਟ ਮਿਨਿਸਟਰ ਫਾਰ ਰੇਲਵੇਜ਼ ਮਿਸਟਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਪੜਿਆ ਖ਼ਬਰਾਂ 'ਚ ਆਇਆ ਕਿ ਜਿੰਨੀ ਮਰਜ਼ੀ ਟ੍ਰੇਨਾਂ ਲੈ ਲਓ ਕਿਉਂਕਿ ਇਹ ਤਾਂ ਮਾਲ ਜਿਹੜਾ ਮਿਲਡ ਹੈਗਾ ਆ ਇਹ ਤੇ ਪਰ ਸਰਕਾਰ ਦਾ ਆ ਉਹ ਕਿਉਂ ਨਹੀਂ ਚੱਕੇਗੀ ਸਮਝ ਤੋਂ ਬਾਹਰ ਹੈਗੀ ਆ ਨਾ ਇਹਦੇ ਤੇ اختیار ਹੈਗਾ ਕਿਸਾਨ ਆਗੂ ਨੂੰ ਕਿਸੇ ਨੂੰ ਬੋਲਣ ਦਾ ਨਾ ਸ਼ੈਲਰਾਂ ਵਾਲੇ ਨੂੰ ਬੋਲਣ ਦਾ ਕਿਉਂਕਿ ਆਪਣਾ ਸਪੇਸ ਦੀ ਵੀ ਕਮੀ ਨਹੀਂ ਹੈਗੀ ਅੱਜ ਲਿਫਟਿੰਗ ਨਹੀਂ ਹੋ ਰਹੀ ਮੰਡੀਆਂ ਦੇ ਵਿੱਚ ਕਿਸਾਨ ਰੁਲ ਰਿਹਾ ਜਾਂ ਮੰਡੀਆਂ ਦੇ ਵਿੱਚ ਅੰਬਾਰ ਲੱਗੇ ਹੋਏ ਆ ਤਾਂ ਇਹ ਸਿੱਧੀ ਸਿੱਧੀ ਨਲਾਈਕੀ ਪੰਜਾਬ ਸਰਕਾਰ ਦੀ ਹੈ ਮੰਡੀ ਬੋਰਡ ਦੀ ਹੈ ਫੂਡ ਸਪਲਾਈ ਡਿਪਾਰਟਮੈਂਟ ਦੀ ਹੈ ਗਿਆ ਇਨਕੰਪੀਟੈਂਟ ਬੰਦੇ ਹੈ ਗਿਆ ਤੁਹਾਨੂੰ ਘੋੜਾ ਤਾਂ ਮਿਲ ਗਿਆ ਘੋੜਾ ਚਲਾਉਣਾ ਨਹੀਂ ਆਂਦਾ ਹੈਗਾ ਤੇ ਤੁਸੀਂ ਆਪਣਾ ਘੋੜੇ ਦੇ ਵਿੱਚ ਨੁਕਸ ਕੱਢੀ ਚੱਲੋ ਜਿਵੇਂ ਲਗਾਤਾਰ ਧਰਨੇ ਚੱਲ ਰਹੇ ਨੇ ਦੇ ਕਹੀਏ ਕਿ ਚਲੋ ਜੇ ਹੁਣ ਇਹਨੂੰ ਸਿਆਸੀ ਤੌਰ ਤੇ ਲਾ ਲਈਏ ਤੇ ਜ਼ਾਹਿਰ ਦੀ ਗੱਲ ਹੈ ਕਿ ਦੇਖੋ ਤੁਸੀਂ ਸੂਬਾ ਸਰਕਾਰ ਨੂੰ ਕਹਿਣਾ ਹੈ ਸੂਬਾ ਸਰਕਾਰ ਨੇ ਸੈਂਟਰ ਨੂੰ ਕਹਿਣਾ ਹੈ ਪਰੇਸ਼ਾਨਤਾ ਜਿੱਥੇ ਕਿਸਾਨ ਕਹਿੰਦੇ ਨੇ ਅਸੀਂ ਹੋ ਰਹਿਆਂ ਨਾਲ ਹੀ ਲੋਕ ਹੋਣੇ ਸ਼ੁਰੂ ਹੋਗੇ ਹੁਣ ਰਸਤੇ ਬੰਦ ਨੇ ਜੋ ਦੁਨੀਆਦਾਰੀ ਚੱਲੂਗੀ ਕਿੱਧਰ ਕਿਹੜੇ ਪਾਸੇ ਆਉਂਦੀ ਜੇ ਐਨੇ ਦਿਨ ਲਟਕਦੇ ਰਹਿ ਗਏ ਤਾਂ ਉਹਦੇ 'ਚ ਕਿਸੇ ਜਵਾਗ ਦਾ ਪੇਪਰ ਰਹੂ ਕਿਸੇ ਜਵਾ ਦਾ ਇਦਾਂ ਦਾ ਇਲਾਜ ਕਰਾਉਣਾ ਰਹੂ ਕਿਸੇ ਦਾ ਵਿਆਹ ਰਹੂਗਾ ਕਿਸੇ ਦਾ ਆਉਣਾ ਜਾਣਾ ਰਹੂਗਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਜੇ ਕਹੀਏ ਕਿ ਕਿਸੇ ਔਰਤਾਂ ਨੂੰ ਜਿਨ੍ਹਾਂ ਨੂੰ ਰਾਹ ਨਹੀਂ ਵਿਚਾਰਿਆਂ ਨੂੰ ਛੇਤੀ ਛੇਤੀ ਲਾਭ ਦੇ ਉਹ ਓੱਖੀਆਂ ਹੁੰਦੀਆਂ ਫਿਰਦੀਆਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਆਪਸੀ ਢਾਂਚਾ ਵਿਗੜਨ ਕਰਕੇ ਲੋਕਾਂ ਦਾ ਢਾਂਚਾ ਵਿਗੜਦਾ ਹੈ ਦੇਖੋ ਆਪਣਾ ਸੁਮੇਤ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਕਿਸਾਨ ਅੱਗੋਂ 1% ਖੱਜਲ ਖਵਾਰ ਹੋ ਰਿਹਾ ਜੇਦੀ ਕਿ ਜੇਦੀ ਕਿ ਸਿੱਧੀ ਸਿੱਧੀ 100% ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤਾਂ 99% ਪਬਲਿਕ ਖੱਜਲਖوار ਹੋ ਰਹੀ ਹੈ ਜਿਹੜੇ ਲੋਕੀ ਚਾਹੇ ਉਹ ਮਰੀਜ਼ ਹੈ ਮਰੀਜ਼ ਕੱਲਾ ਐਂਬੂਲੈਂਸ 'ਚ ਨਹੀਂ ਜਾਂਦਾ ਹੈਗਾ ਮਰੀਜ਼ ਬਸਤੇ ਵੀ ਜਾਂਦਾ ਹੈ ਮਰੀਜ਼ ਕਾਰ ਤੇ ਵੀ ਜਾਂਦਾ ਹੈ ਮਰੀਜ਼ ਆਪਣਾ ਸਾਈਕਲ ਸਕੂਟਰ ਤੇ ਵੀ ਜਾਂਦਾ ਹੈਗਾ ਗਰੀਬ ਆਦਮੀ ਕਿੱਥੋਂ ਆਪਣਾ ਵੱਡੀਆਂ-ਵੱਡੀਆਂ ਵਹੀਕਲ ਅਫੋਰਡ ਕਰ ਸਕਦਾ ਸੋ ਇਸ ਕਰਕੇ ਸਕੂਲਾਂ ਤੋਂ ਬੱਚਿਆਂ ਨੇ ਵਾਪਸ ਆਣਾ ਹੈਗਾ ਆ ਪੇਰੈਂਟਸ ਉਹਨਾਂ ਨੂੰ ਲੈ ਕੇ ਆਂਦੇ ਉਹਨਾਂ ਤੇ ਤਾਂ ਨਹੀਂ ਲਿਖਿਆ ਹੈ ਕਿ ਕਿਤੇ ਸਕੂਲ ਜ਼ਰੂਰੀ ਹੈ ਕਿ ਸਕੂਲ ਵੈਂਚੀ ਆਣਾ ਹੈਗਾ ਸੋ ਜਿਹੜੇ ਕਿਸਾਨ ਹੈ ਅਗਰ ਉਹਨਾਂ ਨੂੰ ਕੋਈ ਇਤਰਾਜ ਹੈ ਅਗਰ ਉਹਨਾਂ ਨੇ ਇਤਰਾਜ ਤਾਂ ਹੈ ਤਾਂ ਉਹ ਜਾ ਕੇ ਆਪਣਾ ਮੁੱਖ ਮੰਤਰੀ ਦਾ ਰਹਿਸ਼ ਘੇਰਨ ਮੰਤਰੀਆਂ ਦੀ ਰਹਿਸ਼ ਘੇਰਨ ਜੇ ਉਹਨਾਂ ਨੂੰ ਭਾਜਪਾ ਨਾਲ ਕੋਈ ਦਿੱਕਤ ਹੈਗੀ ਆ ਤਾਂ ਭਾਜਪਾ ਦੇ ਜਿਹੜੇ ਆਗੂ ਆ ਉਹਨਾਂ ਦੇ ਘਰਾਂ ਨੂੰ ਘੇਰ ਲੈਣ ਜਾਂ ਆਪਣਾ ਮੰਡੀਆਂ ਦੇ ਵਿੱਚ ਧਰਨਾ ਦੇ ਦੇਣ ਲੋਕਾਂ ਨੂੰ ਖੱਜਲ ਖੁਆਰ ਕਰਕੇ ਤਾਂ ਇਹ ਆਪਣਾ ਹੀ ਨੁਕਸਾਨ ਕਰ ਰਹੇ ਆ ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਚੜੂਨੀ ਗੁਰਨਾਮ ਸਿੰਘ ਚੜੂਨੀ ਨੂੰ 1170 ਵੋਟਾਂ ਮਿਲੀਆਂ ਕਿਸਾਨ ਲੀਡਰਾਂ ਨੂੰ ਲੋਕਾਂ ਨੇ ਜਮ੍ਹਾਂ ਮੁੱਢ ਤੋਂ ਨਕਾਰ ਦਿੱਤਾ ਹੈਗਾ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਇਲੈਕਸ਼ਨ ਲੜ ਕੇ ਦੇਖ ਲਏ ਆ ਕਿਸੇ ਦੀ ਇਕਲੀ ਵੀ ਜ਼ਮਾਨਤ ਨਹੀਂ ਬਚਿਆ ਵੱਡੇ ਵੱਡੇ ਲੀਡਰ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਇਲੈਕਸ਼ਨ ਲੜੇ ਸੀਗੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਅਗਰ ਲਾਈਨ ਆਰਡਰ ਖਰਾਬ ਹੁੰਦਾ ਪੰਜਾਬ ਦੇ ਵਿੱਚ ਅਗਰ ਆਪਣਾ ਲੋਕਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦਾ ਨੁਕਸਾਨ ਹੁੰਦਾ ਸੀ ਵਰੀ ਡੇ ਗਿਆ ਛੋਟੇ ਕਿਸਾਨ ਦੇ ਵਾਸਤੇ ਜਿਹੜਾ ਕਿ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਸਿਰਫ ਚੌਧਰ ਦੇ ਪੈਸੇ ਦੇ ਭੁੱਖੇ ਆ ਇਹਨਾਂ ਦੀ ਜਾਇਦਾਦਾਂ ਦੀ ਤੁਸੀਂ ਪੜਤਾਲ ਕਰਾਓ ਇਹ ਆਪਣਾ 2-2 ਏਕੜ ਤੋਂ 50-50 100-100 ਏਕੜ ਤੱਕ ਪਹੁੰਚ ਗਏ ਆ ਬਿਨਾ ਕੰਮ ਕੀਤੇ ਆ ਕਿੱਥੋਂ ਆ ਗਈ ਜਾਇਦਾਦ ਇਸ ਕਰਕੇ ਇਹਨਾਂ ਨੂੰ ਫੰਡਿੰਗ ਬਾਹਰੋਂ ਵੀ ਹੋ ਰਹੀ ਆ ਇੱਥੇ ਵੀ ਗਲਾ ਘੁੱਟ ਕੇ ਅੰਗੂਠਾ ਰੱਖ ਕੇ ਗਲੇ ਦੇ ਉੱਤੇ ਉਗਰਾਹੀ ਕਰਦੇ ਆ ਗਿਆ ਤੇ ਇਸ ਕਰਕੇ ਇਹ ਆਪਣਾ ਇੱਕ ਨਹੀਂ ਦੋ ਨਹੀਂ ਕੋਈ 57 ਜਥੇ ਕਹਿੰਦਾ 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 ਹੈਗਾ ਬੰਨੀਆਂ ਹੋਈਆਂ ਕਿਸਾਨਾਂ ਦੀਆਂ ਕੋਈ 57 ਜਥੇ ਬੰਨੀਆਂ ਕਹਿੰਦਾ ਹੈਗਾ ਕੋਈ ਕਹਿੰਦਾ ਜੀ 4 ਦਿਨ ਦਾ ਟਾਈਮ ਦੇ ਨੇ ਸਰਕਾਰ ਨੂੰ ਕੋਈ ਕਹਿੰਦਾ ਅਸੀਂ ਤਾਂ ਟਾਈਮ ਹੀ ਨਹੀਂ ਦੇਤਾ ਅਸੀਂ ਤਾਂ ਧਰਨਾ ਲਾ ਰਹੇ ਆ ਸੋ ਇਸ ਕਰਕੇ ਇਹ ਆਪਣਾ ਪੰਜਾਬ ਨੂੰ ਤਵਾ ਕਰਨ ਤੇ ਤਲੇ ਹੋਏ ਆ ਸੁਮਿਤ ਜੀ ਪੰਜਾਬ ਨੂੰ ਜੇ ਬਚਾਣਾ ਹੈਗਾ ਇਲਾਜ ਦੀ ਲੋੜ ਨਹੀਂ ਹੈ ਪੰਜਾਬ ਨੂੰ ਸਰਜਰੀ ਦੀ ਲੋੜ ਹੈ ਗਿਆ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਨਾ ਲੋਕਾਂ ਦੇ ਖਿਲਾਫ ਬੈਠ ਕੇ ਗੱਲ ਕਰ ਲੈਣ ਜੇ ਤਾਂ ਕਸੂਰ ਹੈਗਾ ਆ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਜੇ ਭਾਜਪਾ ਦਾ ਕੋਈ ਕਸੂਰ ਹੋਵੇ ਤਾਂ ਲੱਗਦਾ ਨਹੀਂ ਹਾਲਾਤ ਹੋਰ ਵਿਗੜ ਜਾਣਗੇ ਸਰਜਰੀ ਤੋਂ ਭਾਵ ਤੁਹਾਡਾ ਇਹ ਵੀ ਜੇ ਕੱਲ ਨੂੰ ਲਾਠੀ ਚਾਰਜ ਧਰਨੇ ਲੱਗੇ ਹੋਏ ਕਿਸਾਨਾਂ ਤੇ ਹੁੰਦਾ ਹੈ ਤਾਂ ਜਾਂ ਰੋਡ ਬਲੌਕ ਕਰਨ ਵਾਲੇ ਕਿਸਾਨਾਂ ਤੇ ਹੁੰਦਾ ਆਗੂਆਂ ਤੇ ਹੁੰਦਾ ਤੁਹਾਨੂੰ ਲੱਗਦਾ ਇਹ ਨਾਲ ਤਾਂ ਸਥਿਤੀ ਵਿਗੜ ਜੂਗੀ ਨਹੀਂ ਜੀ ਵਿਗੜਦੀ ਆ ਤਾਂ ਵਿਗੜ ਜਾਵੇ ਫਿਰ ਕੀ ਹੋ ਜਾਏਗਾ ਆਪਾਂ ਇਹਨਾਂ ਨੂੰ ਅਲਾਉ ਨਹੀਂ ਕਰ ਸਕਦੇ ਅਗੇ ਕਿ ਇਹ ਆਪਣਾ ਜੋ ਰੋਜ਼ ਰੋਜ਼ ਆਪਣਾ ਲੋਕਾਂ ਨੂੰ ਆਪਣਾ ਰੈਂਸਮ ਜਿਹਨੂੰ ਅਸੀਂ ਕਹਿੰਨੇ ਹੈਗੇ ਆ ਕਿ ਆਪਣਾ ਬਲੈਕਮੇਲ ਕਰਦੇ ਰਹਿਣ ਤੇ ਲੋਕਾਂ ਦੀ ਜ਼ਿੰਦਗੀ ਦੂਬਰ ਕਰਦੇ ਨੇ ਇਹ ਕੋਈ ਸਿਸਟਮ ਹੈ ਮੈਂ ਤਾਂ ਪ੍ਰਸ਼ਾਸਨ ਦਾ ਹਿੱਸਾ ਰਿਆਂ ਮੈਂ ਤਾਂ ਕਹਿੰਦਾ ਜੀ ਸਰਕਾਰ ਗਰਮੀ ਤੋਂ ਬਗੈਰ ਚੱਲਦੀ ਹੀ ਨਹੀਂ ਹੈ ਕਦੇ ਇਹਨਾਂ ਦੀ ਕਦੇ ਮਿੰਤਾ ਕਰਾਂਗੇ ਆਪਾਂ ਮੰਤਾ ਕਰਕੇ ਤਾਂ ਕਦੇ ਵੀ ਨਹੀਂ ਆਪਣਾ ਇਹ ਇਹ ਢਾਈ ਟੋਟਰੂ ਜਿਹੜੇ ਹੈਗੇ ਆ ਇਹ ਤਾਂ ਆਪਣਾ ਲੋਕਾਂ ਨੂੰ ਬਲੈਕਮੇਅਰ ਕਰ ਰਹੇ ਸਰਕਾਰ ਨੂੰ ਬਲੈਕਮੇਲ ਕਰ ਰਹੇ ਆ ਸਰਕਾਰ ਦੇ ਵਿੱਚ ਤਾਕਤ ਹੀ ਨਹੀਂ ਹੈਗਾ 92 ਐਮਐਲਏ ਆ ਇਸ ਤੋਂ ਵੱਡੀ ਮਾਜੋਰਿਟੀ ਹੋਰ ਕੀ ਲੋਕਾਂ ਨੇ ਫਤਵਾ ਦੇਣਾ ਹੁਣ ਸਰਕਾਰ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਸਰਕਾਰ ਚਲਾਉਣ ਲਈ 92 ਐਮਐਲਏ ਦਿੱਤੇ ਆ 100% ਮਾਜੋਰਿਟੀ ਦਿੰਦੀ ਹੈ ਹੁਣ ਸਰ ਲੋਕਾਂ ਦਾ ਕੀ ਕਸੂਰ ਆ ਲੋਕੀ ਫਿਰ ਖੱਜਲ ਖਵਾਰ ਹੋ ਰਹੇ ਆ ਕੋਈ ਆਪਣਾ ਕੋਈ ਬਰਾਤ ਕਿਸੇ ਦੀ ਜਾਣੀ ਆ ਮੰਨ ਲਓ ਵਿਆਹ ਆ ਕਿਸੇ ਨੇ ਕੋਈ ਆਪਣਾ ਇਲਾਜ ਵਾਸਤੇ ਕੋਈ ਮਰੀਜ਼ ਨੇ ਜਾਣਾ ਹੈਗਾ ਕਿਸੇ ਬੱਚੇ ਨੇ ਸਕੂਲ ਤੋਂ ਵਾਪਸ ਆਣਾ ਹੈਗਾ ਇਹ ਲੋਕੀ ਤਾਂ ਆਪਣਾ ਪਹਿਲਾਂ ਸੜਕਾਂ ਗੱਲੀਆਂ ਬੰਦ ਕਰਦੇ ਸੀਗੇ ਹੁਣ ਜਿਹੜੇ ਉਹਨਾਂ ਦੇ ਬਾਈਪਾਸ ਕਰਕੇ ਕਿਤੇ ਖੱਬਿਓਂ ਸੱਜਿਓਂ ਜਾ ਸਕਦਾ ਬੰਦਾ ਉਹ ਵੀ ਰੋਕ ਰਹੇ ਹੈਗੇ ਆ ਤਾਂ ਇਹ ਤਾਂ ਮਤਲਬ ਬਹੁਤ ਅਨਿਆਂ ਹੈਗਾ ਤੇ ਰੋਕੇਗਾ ਕੌਣ ਲਾਇਨ ਆਰਡਰ ਇਜ਼ ਅ ਸਟੇਟ ਸਬਜੈਕਟ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਤਾਂ ਹੈਰਾਨ ਹੈਗਾ ਕਿ ਸਾਡੀ ਜਿਹੜੀ ਬਿਰੋਕਰੇਸੀ ਹੈ ਪੁਲਿਸ ਪ੍ਰਸ਼ਾਸਨ ਹੈਗਾ ਉਹ ਆਪਣਾ ਕੁਰਸੀ ਨੂੰ ਇੰਨਾ ਫੜ ਕੇ ਬੈਠੇ ਹੈਗੇ ਆ ਕਿ ਉਹ ਆਪਣਾ ਲਾਫ ਇਲੈਕਸ਼ਨ ਹੀ ਨਹੀਂ ਲੈ ਰਹੇ ਨੈਸ਼ਨਲ ਹਾਈਵੇ ਐਕਟ ਕਹਿ ਰਿਹਾ ਜੇ ਕੋਈ ਨੈਸ਼ਨਲ ਹਾਈਵੇ ਦੇ ਉੱਤੇ ਬੈਠ ਕੇ ਧਰਨਾ ਦਿੰਦਾ ਹੈਗਾ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਦੱਸੋ ਕਿੰਨੇ ਪਰਚੇ ਹੋਏ ਆ ਪਿਛਲੇ 1 ਸਾਲ ਦੇ ਵਿੱਚ ਇਹ ਇਸ ਆਫ ਦਾ ਇਹ ਐਕਟ ਦੀ ਖਰਮੈਦਰੀਲ ਮੈਂ ਵੀ ਕਈ ਵਾਰੀ ਸੁਣ ਲਈ ਪਰ ਗੱਲ ਇਹ ਵੀ ਇਹ ਤਾਂ ਹੁਣ ਜਾਂ ਤਾਂ ਐਕਟਿਵਮੈਂਟ ਕਰ ਦੇਣਾ ਚਾਹੀਦਾ ਕਿਉਂਕਿ ਇਹਦੇ ਤੇ ਕਾਰਪੂਰਵਾਈ ਤੱਕ ਕਦੇ ਹੁੰਦੀ ਹੈ ਨਹੀਂ ਨਾ ਹੀ ਕਿਸੇ ਤੇ ਕੋਈ ਐਕਸ਼ਨ ਹੋਇਆ ਇਹ ਤਾਂ ਹੁਣ ਤੁਸੀਂ ਸੈਂਟਰ 'ਚ ਹੈਗੇ ਹੋ ਇਹ ਥੋੜੀ ਜਿਹੀ ਅੱਗੇ ਗੁਜਾਰਿਸ਼ ਕਰੋ ਵੀ ਇਹ ਐਕਟ ਜਿਆਦਾ ਖਤਮੀ ਕਰ ਦਿਓ ਕਿਉਂਕਿ ਇਹ ਸੜਕਾਂ ਦਾ ਤਾਂ ਹਾਲਾਤ ਉਹ ਹੈ ਪਿਆ ਵੀ ਜਿਵੇਂ ਇੱਕ ਐਮਸੀ ਦੀ ਸੜਕ ਦਾ ਵੀ ਇਹ ਮਾੜਾ ਹਾਲਾਤ ਨਹੀਂ ਜੋ ਆ ਜੇ ਨੈਸ਼ਨਲ ਸੋਜੂ ਦਾ ਲਾ ਇਹ ਤੇ ਆਪਣਾ ਜਿਹੜੇ ਕਿਸਾਨ ਨੇਤਾ ਹੈਗੇ ਆ ਹੋਲੀਕਾ ਉਹ ਬਨ ਗਏ ਹੈਗੇ ਕਿ ਭਈ ਕੁਝ ਵੀ ਹੋ ਜਾਏ ਕਿਸਾਨਾਂ ਦੇ ਖਿਲਾਫ ਐਕਸ਼ਨ ਨਹੀਂ ਲੈਣਾ ਕਿਉਂ ਨਹੀਂ ਲੈਣਾ ਭਾਈ ਜੇ ਕਿਸਾਨ ਤੁਹਾਡੇ ਕੀ ਕਹਿੰਦੇ ਹੁੰਦੇ ਜੇ ਗਾਂ ਤੁਹਾਡੇ ਸਿੰਘ ਮਾਰੇ ਢਿੱਡ ਪਾੜ ਦੇ ਫਿਰ ਤੁਸੀਂ ਡੰਡਾ ਨਹੀਂ ਮਾਰੋਗੇ ਤੇ ਜੇ ਗਲਤ ਹੈ ਕਿਸਾਨ ਪਹਿਲੀ ਗੱਲ ਤਾਂ ਉਹਨਾਂ ਨੂੰ ਬੈਠ ਕੇ ਸੁਣਨਾ ਚਾਹੀਦਾ ਔਰ ਇਹ ਆਪਣਾ ਪ੍ਰਸ਼ਾਸਨ ਜਿਹੜਾ ਹੈਗਾ ਆ ਜਾਂ ਸਾਡੀ ਸਟੇਟ ਐਡਮਿਨਿਸਟ੍ਰੇਸ਼ਨ ਹੈ ਉਹਦੀ ਡਿਊਟੀ ਹੈ ਭਈ ਜੇ ਤੁਹਾਡੀ ਚੈਨੂਨ ਡਿਮਾਂਡ ਹੈ ਜੇ ਲਿਫਟਿੰਗ ਨਹੀਂ ਹੋ ਰਹੀ ਤਾਂ ਸਟੇਟ ਗਵਰਨਮੈਂਟ ਜ਼ਿੰਮੇਵਾਰ ਹੈ ਸਟੇਟ ਗਵਰਨਮੈਂਟ ਦੇ ਮੰਤਰੀ ਦੇ ਉੱਤੇ ਜਿਹੜਾ ਫੂਡ ਸਪਲਾਈ ਹੈ ਉੱਤੇ ਪਰਚਾ ਹੋਣਾ ਚਾਹੀਦਾ ਮੰਡੀ ਬੋਰਡ ਦਾ ਜਿਹੜਾ ਚੇਅਰਮੈਨ ਹੈ ਉੱਤੇ ਪਰਚਾ ਹੋਣਾ ਚਾਹੀਦਾ ਜਿਹੜਾ ਜ਼ਿਲ੍ਹੇ ਦਾ ਡੀਸੀ ਹੈ ਉੱਤੇ ਪਰਚਾ ਹੋਣਾ ਚਾਹੀਦਾ ਕਿ ਤੁਸੀਂ ਇਹ ਆਪਣਾ ਲਿਫਟਿੰਗ ਕਿਉਂ ਨਹੀਂ ਕਰਵਾਈ ਤੇ ਜੇ ਸ਼ੈਲਰ ਵਾਲੇ ਮਨਾ ਕਰਦੇ ਆ ਕਿ ਅਸੀਂ ਨਹੀਂ ਲੱਗਣ ਦੇਣਾ ਝੋਨਾ ਹੱਦ ਹੋ ਗਈ ਤੇ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦਿਓ ਕੋਈ ਐਹੋਜਾ ਕੰਮ ਨਹੀਂ ਆ ਸੁਮੇਤ ਜੀ ਮੈਂ ਤਾਂ ਜ਼ਿਲ੍ਹੇ ਦੇ ਵਿੱਚ ਐਸ ਕਮਿਸ਼ਨਰ ਐਸ ਡਿਪਟੀ ਕਮਿਸ਼ਨਰ ਕਰਦਾ ਰਿਆਂ ਲੰਬਾ ਸਮਾਂ ਮੈਂ ਪ੍ਰਸ਼ਾਸਨ ਕੀਤਾ ਹੈਗਾ ਆਪਣਾ ਜ਼ਿਲ੍ਹਿਆਂ ਦੇ ਵਿੱਚ ਕਦੇ ਐਕਸੀਡੈਂਟ ਦੇ ਵਿੱਚ ਸਮੱਸਿਆ ਨਹੀਂ ਸੀ ਆਈ ਸਮਝਾ-ਭਜਾ ਕੇ ਸਮੱਸਿਆ ਉਸੇ ਦੇ ਨਾਲ ਹੱਲ ਕਰ ਦਿੱਤੀ ਸੀ ਤੁਸੀਂ ਮੇਰਾ ਰਿਕਾਰਡ ਕਰ ਲਓ ਜਿੱਥੇ ਮੈਂ ਡੀਸੀ ਰਿਆ ਜਾ ਕੇ ਵਿਚਰੇ ਆ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਇੱਕ ਦਿਨ ਵੀ ਪ੍ਰੋਬਲਮ ਆਈ ਹੋਵੇ ਧਰਨਾ ਲੱਗਾ ਹੋਵੇ ਤੁਸੀਂ ਮੈਨੂੰ ਦੱਸ ਦਿਓ ਖੇਰ ਦੇਖੋ ਕਿਉਂਕਿ ਇਹਦੇ ਵਿੱਚ ਸਮੱਸਿਆ ਜਿਹੜੀ ਕਬੱਡੀ ਖੜੀ ਹੋਈ ਹੈ ਉਹਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਫਸਲ ਚੱਕਣ ਦੇ ਜੇ ਕਹੀਏ ਕਿ ਖਤਰੇ ਦੇ ਬਦਲ ਮਟਰਾ ਰਹੇ ਨੇ ਲਗਾਤਾਰ ਉਹਨਾਂ ਵਾਸਤੇ ਸਮੱਸਿਆ ਪਰੇਸ਼ਾਨੀ ਖੜੀ ਹੋ ਗਈ ਧਰਨੇ ਪ੍ਰਦਰਸ਼ਨ ਉਹਨਾਂ ਨੂੰ ਕਰਨੇ ਪੈ ਰਹੇ ਨੇ ਤਾਂ ਸੜਕਾਂ ਰੁਕੀਆਂ ਜਾਰੀਆਂ ਨੇ ਦੂਜੇ ਪਾਸੇ ਲੋਕ ਇਹਦੇ ਨਾਲ ਬੇहद ਕਿਉਂਕਿ ਇਹਨੂੰ ਕੈਟੇਗੋਰਾਇਜ਼ ਨਹੀਂ ਵੰਡ ਸਕਦੇ ਹੈਗੇ ਕਿ ਕੋਈ ਹਸਪੀਟਲ ਵਾਲਾ ਕੋਈ ਸਕੂਲ ਵਾਲਾ ਹੈਗਾ ਕੋਈ ਬਰਾਤ ਵਾਲਾ ਹਰ ਕੋਈ ਬੰਦਾ ਜਿਹੜਾ ਘਰੋਂ ਨਿਕਲਦਾ ਉਹ ਆਪਣੇ ਜ਼ਰੂਰੀ ਕੰਮ ਹੀ ਨਿਕਲਦਾ ਹੈ ਕਿਉਂਕਿ ਅੱਜ ਦਾ ਸਮਾਂ ਉਹ ਨਹੀਂ ਰਿਹਾ ਹੈਗਾ ਕਿ ਸਿਰਫ ਘੋਮਣ ਘਮਾਉਣ ਵਾਸਤੇ ਲੋਕ ਨਿਕਲਦੇ ਹੋਣ ਪਰ ਗੱਲ ਇਹ ਹੈ ਵੀ ਆਖਰ ਇਹ ਹਾਲਾਤ ਕਦੋਂ ਠੀਕ ਹੋਣਗੇ ਕਿਉਂਕਿ ਕਿਸਾਨਾਂ ਨੇ ਅੱਗੇ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਹੈ ਜਿਹੜਾ ਉਹ ਕਰਤਾ ਹੈਗਾ ਸੀਨੀਅਰ ਵੀਡੀਓ ਨਸਟਮ ਤੇ ਇਹਦੇ ਨਾਲ ਸੁਮੇਤ ਸਿੰਘ ਰੋਜਾਨਾ ਸੂਚਨਾ ਟੀਵੀ ਚੰਡੀਗੜ੍ਹ